ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ, ਉਹਨੂੰ ਨੰਗਾ ਕਰਾ ਕੇ, ਉਹਦੇ ਪਾਣੀ ਠੰਡਾ ਪਵਾ ਕੇ, ਉਹ ਤੇ ਇੱਕ ਹੋਰ ਪਰਚਾ ਚੈਨੀ ਖੋਣ ਦਾ ਪਵਾ ਕੇ, ਜੇ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ, ਤੂੰ ਅੱਜ ਇੱਕ ਹੋਰ ਪਰਚਾ ਕਰਾਤਾ। ਪਹਿਲਾ ਪਰਚਾ ਲੁਧਿਆਣੇ 384 ਦਾ, ਦੂਜਾ ਪਰਚਾ ਫੇਰ ਪਟਿਆਲੇ ਚੈਨੀ ਖੋਣ ਦਾ। ਇੱਕ FIR ਨੰਬਰ 18 FIR 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਦੇ ਵਿੱਚ ਦਰਜ ਹੋ ਗਿਆ। ਸੋ ਜੇ ਯਾਰ ਤੇਰੇ ਐਡਾ, ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸਾ ਹੈ, ਜੇ ਫਿਰ ਅਸੀਂ ਤੈਨੂੰ ਖੂਨ ਤੂੰ ਹੀ ਮਰਵਾਈ ਦੇ। ਜੇ ਤੈਨੂੰ ਪੰਜਾਬ ਦੀ ਜਵਾਨੀ ਇੰਨੀ, ਤੂੰ ਪੰਜਾਬ ਦੀ ਜਵਾਨੀ ਨੂੰ ਨਫ਼ਰਤ ਕਰਦਾ, ਇੰਨੀ ਨਫ਼ਰਤ ਕਰਦਾ ਤੂੰ ਬੋਲਣ ਵਾਲੇ ਲੋਕਾਂ ਨੂੰ, ਨੌਜਵਾਨਾਂ ਨੂੰ, ਤੇ ਇੱਥੋਂ ਬਰਦਾਸ਼ਤ ਨਹੀਂ ਹੋ ਰਹੇ ਅੱਜ ਸਵਾਲ ਪੁੱਛਦੇ ਲੋਕ, ਤੂੰ ਜੱਬ ਨਵੇੜ, ਤੂੰ ਕਹਿ ਕਿਸੇ ਏਜੰਸੀਆਂ ਨੂੰ, ਕਹਿ ਕੋਈ ਆਪਣੇ ਬੰਦਿਆਂ ਨੂੰ, ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਦੇ ਜੱਬ ਨਵੇੜ ਦੇ, ਜਾਂ ਭਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ, ਕੋਈ ਭਾਨੇ ਦਾ ਉੱਥੇ ਤੇਰੇ ਕੋਲ ਹੀ ਆਉਣ ਭਾਨਾ। ਨਵੇੜ ਦੇ ਜੱਬ, ਅਸੀਂ ਤਾਂ ਜਿਉਂਦੇ ਰਹਾਂਗੇ ਤਾਂ ਬੋਲਾਂਗੇ, ਆਵਾਜ਼ ਬੁਲੰਦ ਕਰਾਂਗੇ। ਹੁਣ ਤੇਰੇ ਕੋਲ ਇੱਕੋ ਹੀ ਰਾਹ ਹੈ ਵੀ ਆਹ ਹੁਣ ਪਰਚੇ ਤੂੰ ਪਵਾਈ ਜਾਂਦਾ, ਪਹਿਲਾ ਉਹਦੇ ਤੇ ਲੁਧਿਆਣੇ ਹੋ ਗਿਆ, ਦੂਜਾ ਪਟਿਆਲੇ ਹੋ ਗਿਆ, ਤੀਜਾ ਹਵੋਰ ਹੋ ਗਿਆ, ਚੌਥਾ ਚੰਡੀਗੜ੍ਹ ਤਿਆਰੀ ਕਰੀ ਬੈਠੇ ਹੋ। ਇਹ ਲੋੜ ਤੂੰ ਲਗਾਤਾਰ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੰਗ ਕੀਤਾ ਜਾ ਰਿਹਾ, ਪੰਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ, ਥਾਣਿਆਂ ਦੇ ਵਿੱਚ CA ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ। ਇਹ ਲੋੜ ਰਾਤ ਨੂੰ ਜਗਾ ਕੇ ਉਹਨੂੰ, ਜਿੱਥੇ ਉਹਦੀ ਕੁੱਟਮਾਰ ਕੀਤੀ ਜਾ ਰਹੀ ਹੈ, ਜਿੱਥੇ ਉਹਨੂੰ ਨੰਗਾ ਕਰਕੇ ਜਲੀਲ ਕੀਤਾ ਜਾ ਰਿਹਾ ਹੈ, ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ, ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਉਹਨੂੰ ਟੋਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ, ਇਹਦਾ ਦਿਮਾਗ ਹਿਲਾ ਦਿਓ, ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ। ਇਹ ਯਾਰ ਪੰਜਾਬ ਦਾ ਮੁੱਖ ਮੰਤਰੀ ਆ, ਆਹ ਤੁਸੀਂ ਉਮੀਦਾਂ ਨਾਲ ਚੁਣਿਆ ਸੀ ਯਾਰ ਮੁੱਖ ਮੰਤਰੀ, ਆਹ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਏਡਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਕੋਈ ਗੱਲ ਕਰੂਗਾ, ਕੋਈ ਕਿਸਾਨੀ ਦੀ ਗੱਲ ਕਰੂਗਾ, ਕੋਈ ਚਿੱਟਿਆਰਾ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ। ਇਹ ਹੱਥ ਧੋ ਕੇ ਪੈ ਗਿਆ ਜਿਵੇਂ ਬੈਂਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ। ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ, ਕੀ ਕੋਈ ਇੱਥੋਂ ਦੇ ਕਾਨੂੰਨ ਦੀਆਂ, ਕੋਈ ਸਿਸਟਮ ਦੀਆਂ, ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣੇ ਆ, ਕੀ ਉਹ 100 ਮੋਟਰ ਓਨਰਸ ਲੈ ਸਕਦੇ ਆ ਵੀ ਪਤੰਦਰੋਂ ਤੁਸੀਂ ਜਮੇ ਹੱਦ ਹੀ ਕਰਤੀ ਯਾਰ। ਉਹ ਪੰਜਾਬ ਦੇ ਲੋਕੋ, ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ ਚ, ਉਹ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਚੁਣੇ ਸੀ।
ਵੀ ਸੁੱਖ ਦਾ ਸਾਹ ਆਊਗਾ। ਪਹਿਲੀਆਂ ਸਰਕਾਰਾਂ ਚ ਵੀ ਪਰਚੇ ਉਹਦੇ ਚੱਕੇ ਪਾਤੇ, ਉਹਦੇ ਪਾਤੇ, ਉਹ ਫਸਾਤਾ, ਉਹ ਫਸਾਤਾ। ਉਦੋਂ ਤੁਸੀਂ ਸ਼ਿਕਾਰਾ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗ ਗਏ ਭਰਾਵੋ। ਆ ਤੀਜਾ ਪਰਚਾ ਹੋਰ ਹਲੇ, ਦੂਜੇ ਪਰਚੇ ਚ ਰਿਮਾਂਡ ਮੁੱਕਿਆ ਨੀ ਪਟਿਆਲੇ ਚੋਂ, ਉਹ ਰਿਮਾਂਡ ਤੇ ਚੱਲੀ ਜਾਂਦਾ ਹਲੇ। ਤੀਜਾ ਇੱਕ ਹੋਰ ਪਾਤਾ ਤਾਂ ਕਿ ਪੰਜਾਬ ਦੇ ਹਰੇਕ ਸੀਏ ਸਟਾਫ ਦੇ ਵਿੱਚ, ਹਰੇਕ ਥਾਣੇ ਦੇ ਵਿੱਚ ਉਹਨੂੰ ਲਿਜਾ ਕੇ ਖੱਜਲ ਕਰੋ, ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ, ਹੁਣ ਦਿਮਾਗੀ ਤੌਰ ਤੇ ਇੰਨਾ ਅਪਸੈਟ ਕਰਾ ਦਿਓ ਕਿ ਬੰਦਾ ਹਿੱਲ ਜੇ। ਉਹ ਜਿਹੜੇ ਬੰਦੇ ਨੂੰ ਰਾਤ ਨੂੰ ਸੌਣ ਹੀ ਨਾ ਦੇਣਗੇ ਉਹ ਕੀ ਕਰੂਗਾ ਬੰਦਾ ਯਾਰ, ਇਹਦਾ ਇੱਥੋਂ ਤੱਕ ਉਤਰੇ ਆਉਂਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦੇ ਆ ਬੰਨ ਕੇ, ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨਹੁੰ ਤੇ ਡੰਡਾ ਮਾਰਦੇ ਆ ਪੈਰ ਦੇ ਨਹੁੰ ਤੇ, ਜਾਂ ਇੱਥੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇ, ਚੇਪੀਆਂ ਇੱਧਰ ਚੇਪੀਆਂ ਲਾ ਦੀਆਂ ਥੱਲੇ, ਤਾਂ ਚੇਪੀਆਂ ਲਾ ਤੀਆਂ ਵੀ ਅੱਖ ਮਿੱਚੀ ਨਾ। ਇਸ ਤਰੀਕੇ ਨਾਲ ਜਿਹੜਾ ਟੋਰਚਰ ਹੁੰਦਾ ਬੰਦਾ ਉੱਥੇ, ਇਹ ਕੁਛ ਭਾਣੇ ਨਾਲ ਹੋ ਰਿਹਾ ਭਰਾਵੋ। ਕੋਈ ਯਾਰ ਸਭ 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 ਨੂੰ ਸੱਪ ਸੁੰਘ ਗਿਆ ਯਾਰ, ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨਹੀਂ ਯਾਰ, ਕਮਾਲ ਹੋ ਗਈ ਆ। ਜਿੰਨੇ ਵੀ ਆਪਾਂ ਦੇਖ ਰਹੇ ਆ ਸਾਰੇ ਆਪਾਂ ਰੌਲਾ ਪਾਉਂਦੇ ਸੀ ਤੱਕ, ਮੈਂ ਕਹਿੰਦਾ ਯਾਰ ਭਾਣੇ ਨਾਲ ਕਿਸੇ ਦੇ ਲੱਖ ਵਿਚਾਰਕ ਮਤ ਭੇਦ ਹੋ ਸਕਦੇ ਆ, ਲੱਖ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਨਹੀਂ ਵਿਚਾਰਾਂ ਦੀ ਸਾਂਝ ਹੋ ਸਕਦੀ, ਪਰ ਸਾਨੂੰ ਕੀ ਲੱਗਦਾ ਵੀ ਅੱਜ ਭਾਣੇ ਦੀ ਵਾਰੀ ਆ ਗਈ, ਕੱਲ ਨੂੰ ਅਸੀਂ ਬਚੇ ਰਵਾਂਗੇ? ਵਾਰੀ ਸਭ ਦੀ ਆਉਣੀ ਆ ਬਾਈ, ਦੇਖ ਲਓ, ਯਾਦ ਰੱਖਿਓ ਮੇਰੀ ਗੱਲ, ਇੱਥੇ ਬਖਸ਼ਿਆ ਕੋਈ ਵੀ ਨਹੀਂ ਜਾਣਾ, ਗੱਲ ਚੇਤੇ ਰੱਖੋ ਪੰਜਾਬੀ। ਜੇ ਅੱਜ ਵੀ ਰਹਿਣਾ ਸੀ ਉੱਠੇ, ਅੱਜ ਵੀ ਚੁੱਪ ਰਹੇ, ਘਰਾਂ ਚ ਬੜੇ ਰਹੇ, ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ, ਆਪਾਂ ਕੀ ਲੈਣਾ? ਭਾਨਾ ਫਸਿਆ ਦੇਖੀ ਜੂ, ਕੋਈ ਹੋਰ ਫਸਿਆ ਦੇਖੀ ਜਾਵੇ, ਆਪਾਂ ਕੀ ਲੈਣਾ? ਤਾਂ ਯਾਦ ਰੱਖਿਓ ਮੇਰੀ ਗੱਲ, ਚੇਤੇ ਰੱਖਿਓ, ਤੁਹਾਨੂੰ ਘਰਾਂ ਚੋਂ ਕੱਢ ਕੱਢ ਕੇ ਛਿੱਤਰ ਮਾਰਨਗੇ। ਆਮ ਆਦਮੀ ਪਾਰਟੀ ਦੇ ਹਮਾਇਤੀ ਜਿੰਨੇ ਲੋਕ ਆ, ਮੈਂ ਪੁੱਛਣਾ ਚਾਹੁੰਦਾ, ਠੀਕ ਆ, ਸਾਡੇ ਨਾਲ ਤੁਹਾਡੇ ਵਿਚਾਰਾਂ ਦੇ ਮਤਭੇਦ ਹੋਣਗੇ, ਸਾਡੇ ਨਾਲ ਰੌਲਾ ਕੀ ਆ ਸਰਕਾਰ ਦਾ? ਕਿਉਂਕਿ ਅਸੀਂ ਜੋ ਲੋਕ ਮਾਰੂ ਨੀਤੀਆਂ ਨੇ, ਜਿੰਨਾ ਗੱਲਾਂ ਦੇ ਉੱਤੇ ਭਵੰਸਿਓ ਮਾਨ ਨੇ ਸਰਕਾਰ ਬਣਾਈ ਹੈ, ਇਹਨਾਂ ਨੂੰ ਕਟਹਿਰੇ 'ਚ ਖੜਾ ਕਰਦਾ ਰਿਹਾ ਕਿ ਇਹ VIP ਕਲਚਰ ਲਈ ਫਿਰਦੇ ਆ, ਇਹ ਇੰਨਾ ਖਰਚਾ ਕਰਦੇ ਆ, ਇਹਨਾਂ ਦੀਆਂ ਉੱਥੇ ਫੁੱਟ ਮੈਂ ਇੱਥੇ ਫੁੱਟ ਮਾਂ, ਇਹਨਾਂ ਨੇ ਚਿੱਟੇ ਨਾਲ ਪੁੱਤ ਮਾਰਤੇ। ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਹਾਂ, ਆਪਣੇ ਪੰਜਾਬ ਦੀ ਜਵਾਨੀ ਦੀ ਬਿਹਤਰੀ, ਉਹਦੀ ਭਲਾਈ, ਉਹਦੀ ਬਚਾਉਣ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ, ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰੋ। ਅਸੀਂ ਕੋਈ ਨਿੱਜੀ ਲੜਾਈ ਆ ਸਾਡੀ ਯਾਰ ਕਿਸੇ ਨਾਲ, ਅਸੀਂ ਟੇਕ ਕੇ ਨਹੀਂ ਬਹਿ ਸਕਦੇ, ਅਸੀਂ ਵੀ ਬਹਿ ਜਾਂਗੇ ਜਿਵੇਂ ਦੂਜੇ ਲੋਕ ਚੁੱਪ ਕਰੇ ਬੈਠੇ ਆ, ਜਿਵੇਂ ਅਸਲ ਵਿਰੋਧੀ ਧਿਰਾਂ ਨੇ ਜਿਹੜੀਆਂ, ਇਸ ਵੇਲੇ ਵਿਰੋਧੀ ਧਿਰ ਕੌਣ ਹੈ? ਕਾਂਗਰਸ ਹੈ, ਚੁੱਪ ਹੈ, ਬਾਦਲ ਵਾਲੇ ਹੈ, ਚੁੱਪ ਹੈ, ਦੂਜੇ ਹੈ, ਚੁੱਪ ਹੈ, ਵੀ ਆਪਾਂ ਨੂੰ ਕੀ ਗੱਲ, ਕੋਈ ਗੱਲ ਨਹੀਂ, ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ, ਕਈ ਉਈ ਚੁੱਪ ਹੋ ਗਏ ਡਰਦੇ ਵੀ ਸਾਡੇ ਪਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ। ਤੁਹਾਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ। ਆਹ ਜ਼ੁਲਮ ਜੇ ਭਾਨੇ ਤੇ ਹੁੰਦਾ ਜਿਹੜਾ, ਇਹ ਸਾਰਿਆਂ ਤੇ ਹੋਣਾ, ਯਾਦ ਰੱਖਿਓ ਸਭ ਦੀ ਵਾਰੀ ਆਉਣੀ ਹੈ। ਸੋ ਭਰਾਵੋ, ਆਹ ਤੀਜਾ ਪਰਚਾ ਹੋਰ ਹੋ ਗਿਆ, 18 ਨੰਬਰ FIR 384, ਆ ਮੇਰੇ ਕੋਲ ਹੀ ਪਈ ਹੈ, FIR ਦੀ ਕਾਪੀ ਵੀ ਹੈਗੀ ਹੈ ਮੇਰੇ ਕੋਲ, 384-499-500-6 IPC ਦੇ ਧਰਾਮਾਂ ਦੇ ਤਹਿਤ ਪਰਚਾ ਦੇਤਾ ਕੱਲ 26/26/2024 ਨੂੰ, ਕੱਲ 8:42 ਤੇ ਪਰਚਾ ਕੱਟਿਆ ਗਿਆ। ਹੋਰ
ਪਰ ਠੀਕ ਹੈ ਅਸਲ ਯਾਰ ਮੈਂ ਤਾਂ ਹੈਰਾਨ ਹੈ ਬੰਦੇ ਤੇ ਯਾਰ ਕਿਹੜੇ ਰਾਹ ਤੁਰ ਪਿਆ ਯਾਰ। ਇੱਕ ਪਾਸੇ ਯਾਰ ਇਹ ਛੱਲੇ ਗਾਉਂਦਾ ਖੜਕੇ ਯੂਨੀਵਰਸਿਟੀਆਂ ਦੇ ਵਿੱਚ, ਛੱਲਾ ਜਿਹੜੀ ਸਾਡੀ ਲੋਕ ਗਾਥਾ ਪੰਜਾਬ ਦੀ ਉਹ ਛੱਲਾ ਇਹਨੇ ਗਾਇਆ, ਤੇ ਜਿਹੜੇ ਪੰਜਾਬ ਦੇ ਛੱਲੇ ਨੇ, ਜਿਹੜੇ ਪੰਜਾਬ ਦੇ ਨਗਨੇ ਨਗੀਨੇ ਨੇ, ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਆ, ਛੱਲਿਆਂ ਨੂੰ ਅੱਜ ਜੇਲ੍ਹਾਂ ਸੁੱਟ ਰਿਹਾ, ਜਲੀਲ ਕਰਾ ਰਿਹਾ, ਉਹਨਾਂ ਨੂੰ ਅੱਜ ਨੰਗੇ ਕਰਕੇ ਉਹਨਾਂ ਨੇ ਵੀਡੀਓ ਬਣਾ ਕੇ ਦੇਖ ਰਿਹਾ। ਉਹ ਪੁਆਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਹੈਗਾ, ਛੱਡ ਦੇ ਯਾਰ ਛੱਡ ਦੇ, ਕੱਖ ਨਹੀਂ ਰੱਖਿਆ ਇਹਨਾਂ ਗੱਲਾਂ ਦੇ ਵਿੱਚ। ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲਾ, ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲਾ, ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ? ਆਏ ਤੂੰ ਕਿੰਨਿਆਂ ਕੁ ਨੂੰ ਦੱਬ ਦੇਗਾ, ਕਿੰਨਿਆਂ ਕੁ ਨੂੰ ਮਾਰ ਦੇਗਾ ਯਾਰ, ਕਿੰਨੀਆਂ ਕੁ ਆਵਾਜ਼ਾਂ ਦੱਬ ਦੇਗਾ ਤੂੰ? ਚੁੱਪ ਰਾਵੋ, ਜੇ ਹਲੇ ਵੀ ਨਾ ਜਾਗੇ, ਮੇਰੇ ਪੰਜਾਬ ਦੀਆਂ ਮਾਵਾਂ ਨੂੰ ਪੀ ਲੈ, ਮੇਰੀਆਂ ਭੈਣਾਂ ਨੂੰ ਪੀ ਲੈ, ਪੰਜਾਬ ਦੇ ਨੌਜਵਾਨਾਂ ਨੂੰ ਪੀ ਲੈ, ਪੰਜਾਬ ਦੇ ਬਜ਼ੁਰਗਾਂ ਨੂੰ ਪੀ ਲੈ, ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਵਾਂ ਤੇ, ਆਪੋ ਆਪਣੇ ਜ਼ਿਲ੍ਹਿਆਂ ਚ ਪਹੁੰਚੋ ਬਾਈ। ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਅਸੀਂ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਜਿਹੜੇ ਉਹ ਮੁਫ਼ਤ ਕਰ ਦੇਣੇ ਆ। ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ, ਮੈਂ ਫਿਰ ਸਾਰਿਆਂ ਨੂੰ ਕਹਿਣਾ ਕਿ ਸਾਡੇ ਨਾਲ ਕਿਸੇ ਦੇ ਲੱਖ ਬਖਰੇਵੇਂ ਹੋ ਸਕਦੇ ਆ, ਪਰ ਜ਼ਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਇਹ ਬੁੱਚੜਪਣੇ ਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਸੀਂ ਇਹ ਨਾ ਸੋਚੀਏ ਭਾਣੇ ਨੇ ਸਾਡੇ ਨੂੰ ਐਂ ਬੋਲਿਆ ਸੀ, ਕਿਤੇ ਭਾਣੇ ਨਾਲ ਸਾਡੀ ਬਣਦੀ ਨਹੀਂ, ਫਲਾਣੇ ਨਾਲ ਸਾਡੀ ਬਣਦੀ ਨਹੀਂ। ਮੈਂ ਕਹਿੰਦਾ ਸਾਡੀ ਲੱਖ ਬਣੇ ਨਾ ਬਣੇ, ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ? ਇਹਨਾਂ ਨੇ ਬਖਸ਼ਣਾ ਨੇ, ਇਹ ਲਗਾਤਾਰ ਕੋਸ਼ ਚ ਲੱਗਿਆ ਹੋਇਆ ਕਿ ਲੋਕਾਂ ਨੂੰ ਤੂਫਾਨ ਕਰ ਦਿਓ, ਜਥੇਬੰਦਕ ਨਾ ਹੋਣ ਦਿਓ, ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿੱਟ ਦਿਓ, ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਪੰਜਾਬ ਨੂੰ ਬਚਾਉਣ ਲਈ, ਸਾਡੀ ਖੇਤੀ, ਸਾਡੀ ਮਜ਼ਦੂਰੀ, ਸਾਡੀਆਂ ਜ਼ਮੀਨਾਂ ਬਚਾਉਣ ਲਈ, ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹਦਾ ਪੈਸੇ ਖਾਤਰ ਬਹਿੰਦੇ ਆ ਧਰਨਿਆਂ ਤੇ, ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ, ਇਹਨਾਂ ਦਾ ਆਰਟੀਸਨ ਲੱਗਿਆ ਹੋਇਆ, ਇਹਨਾਂ ਦੇ ਬੰਦੇ ਲੱਗੇ ਹੋਏ, ਖੁਦ ਕਹਿੰਦਾ ਰਿਹਾ ਕਿ ਇਹ ਬਿਹਣ ਲੋਕ ਨੇ, ਇਹਨਾਂ ਦਾ ਕੋਈ ਬੰਦਾ ਨਹੀਂ ਖੜਨਾ। ਇਹ ਵਾਰੀ ਸਭ ਦੀ ਆਉਣੀ ਆ ਬਾਈ, ਸਭ ਦੀ ਆਉਣੀ ਹੈ, ਤੇ ਮੈਂ ਅਸੀਂ ਪਹਿਲੇ ਕਹਿੰਦੇ ਰਹੇ ਹਾਂ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ, ਸਭ ਨੂੰ ਇਹ ਬੰਦਾ ਪਿੱਛੇ ਛਿੱਤੂ। ਪਰਸੋਂ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਭਾਣੇ ਦੇ ਪਿੰਡ। ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਵਾਂ ਤੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ, ਜਿੱਥੇ ਬੈਠੇ ਹੋ, ਤੁਸੀਂ ਆਪਣੇ ਤੌਰ ਤੇ ਕੋਈ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ, ਰੋਸ ਪ੍ਰਦਰਸ਼ਨ, ਸ਼ਾਂਤਮਈ ਤਰੀਕੇ ਨਾਲ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ ਬਾਈ। ਜੇ ਚਾਹੁੰਦੇ ਹੈ ਕਿ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ, ਜਿਉਂਦੇ ਰਹਿਣ, ਤੇ ਇਹ ਆਵਾਜ਼ ਬੁਲੰਦ ਰਹੇ, ਤਾਂ ਸਭ ਦਾ ਫਰਜ਼ ਬਣਦਾ ਬਾਈ ਕਿ ਤੁਸੀਂ ਇਕੱਠੇ ਹੋ ਕੇ, ਮੇਰਾ ਵੀਰ, ਜਿੱਥੇ ਜਿੱਥੇ ਵੀ ਬੈਠੇ ਹੋ, ਆਪਣੇ ਤਰੀਕੇ ਨਾਲ ਤੁਸੀਂ ਆਪਣਾ ਰੋਸ ਪ੍ਰਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।